ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਗਾਤਾਰ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਤਜਵੀਜ਼ ਰੱਖੀ ਜਾ ਰਹੀ ਹੈ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਕਮੇਟੀ ਵੱਲੋਂ ਕਿ ਇੱਕ ਸੱਭਿਆਚਾਰ ਕਮੇਟੀ ਬਣਾਈ ਜਾਏ ਜੋ ਕਿ ਇਹ ਤੈਅ ਕਰੇ ਕਿ ਕਿਹੜੇ ਗਾਣੇ ਗਾਣੇ ਚਾਹੀਦੇ ਹਨ, ਕਿਹੜੇ ਗਾਣੇ ਨਹੀਂ ਗਾਣੇ ਚਾਹੀਦੇ ਹਨ, ਕਿਹੜੀ ਸ਼ਬਦਾਵਲੀ ਜਿਹੜੀ ਹੈ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਔਰ ਕਿਹੜੇ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨੂੰ ਲੈ ਕੇ ਹੁਣ ਇੱਕ ਡਾਇਲੋਗ ਸ਼ੁਰੂ ਹੋ ਚੁੱਕਿਆ ਹੈ। ਸਿੰਗਰਾਂ ਦੇ ਵਿੱਚ ਵੀ ਵੱਖ ਵੱਖ ਪ੍ਰਤੀਕਿਰਿਆ ਉਹਨਾਂ ਦੀ ਆਉਣੀ ਸ਼ੁਰੂ ਹੋ ਚੁੱਕੀਆਂ ਹਨ, ਉਹ ਆਪਣੇ ਰਿਐਕਸ਼ਨ ਦੇ ਰਹੇ ਹਨ। ਹੁਣ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਕੂਵਰ ਵਿਰਕ, ਬਹੁਤ ਹੀ ਫੇਮਸ ਰੈਪ ਸਟਾਈਲ ਸਿੰਗਿੰਗ ਕਰਦੇ ਨੇ, ਰੈਪ ਕਰਦੇ ਨੇ ਔਰ ਆਲ ਓਵਰ ਵਰਲਡ ਦੇ ਵਿੱਚ ਇਹਨਾਂ ਨੇ ਆਪਣੀ ਰੈਪ ਦੇ ਜ਼ਰੀਏ ਆਪਣੀ ਪਹਿਚਾਣ ਬਣਾਈ ਹੈ। ਕੂਵਰ, ਵੀ ਵੈਲਕਮ ਯੂ ਔਨ ਆਰ ਸ਼ੋਅ। ਅੱਜ ਦਾ ਮੁੱਦਾ। ਸ਼ਬਦਾਵਲੀ ਵਰਤੋਂ ਹੁੰਦੀ ਹੈ ਅੱਜ ਕੱਲ ਦੇ ਗਾਣਿਆਂ ਦੇ ਵਿੱਚ, ਸ਼ਰਾਬ, ਭੰਗ, ਚਿੱਟਾ, ਸਰੇਆਮ ਇਹਨਾਂ ਗਾਣਿਆਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ, ਜਿੱਥੇ ਇੱਕ ਪਾਸੇ ਪੰਜਾਬੀ ਲੱਗਿਆ ਹੋਇਆ ਇਹਦੀ ਰੋਕਥਾਮ ਲਈ, ਇੱਕ ਪਾਸੇ ਜਿੱਥੇ ਗੰਭੀਰ ਆ ਉੱਥੇ ਪਾਸੇ ਦੂਜੇ ਪਾਸੇ ਇਹ ਪਰੇਸ਼ਾਨੀ ਦਾ ਸਬਬ ਵੀ ਬਣੀ ਹੋਈ ਆ। ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਬਿਲਕੁਲ 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 ਜੀ, ਮੈਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਜਿਹੜੇ ਆਰਟਿਸਟ ਹੈਗੇ ਆ, ਜਿਹੜੇ ਡਰੱਗਸ ਤੋਂ ਰਿਲੇਟਡ ਚੀਜ਼ਾਂ ਉਹ ਤਾਂ ਅਸੀਂ ਅਗਰ ਪ੍ਰਮੋਟ ਕਰਦੇ ਹਾਂ ਤੇ ਡੈਫੀਨੇਟਲੀ ਸਾਨੂੰ ਮਤਲਬ ਜਿਹੜੇ ਪਬਲਿਕਲੀ ਲੋਕੀ ਜਿਹੜੇ ਹੋਰ ਬੱਚੇ ਨੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹ ਤਾਂ ਇਹ ਚੀਜ਼ ਸਿੱਖੂਗੀ ਉਹ। ਬਟ ਓਬਵੀਅਸ ਅਗਰ ਸਾਡੇ ਮਾਂ ਪਿਓ ਨੇ ਦੱਸਿਆ ਕਿ ਬਈ ਅਗਰ ਤੁਸੀਂ ਸਤਿ ਸ੍ਰੀ ਅਕਾਲ ਕਰਨਾ, ਅਸੀਂ ਉਸ ਬਾਰੇ ਦੇਖਿਆ ਕਿ ਬਈ ਅਸੀਂ ਸਤਿ ਸ੍ਰੀ ਅਕਾਲ ਕਰਦੇ ਹਾਂ, ਉਹਦੇ ਨਾਲ ਸਾਡੇ ਵੱਡੇ ਸਾਨੂੰ ਇੱਜ਼ਤ ਦਿੰਦੇ ਆ, ਅਸੀਂ ਚੀਜ਼ਾਂ ਸਿੱਖਦੇ ਆਏ ਹਾਂ। ਕੱਲ ਨੂੰ ਬੱਚੇ ਅਗਰ ਡੋਪ ਚੀਜ਼ਾਂ ਬਾਰੇ ਸੁਣਨਗੇ, ਉਹਨਾਂ ਬਾਰੇ ਜ਼ਿਆਦਾ ਗਾਣਿਆਂ 'ਚ ਸੁਣਨਗੇ, ਡੈਫੀਨੇਟਲੀ ਉਹ ਜਿਹਨੂੰ ਕਹਿੰਦੇ ਕਿ ਬਈ ਉਹ ਪ੍ਰਭਾਵਿਤ ਹੋਣਗੇ ਕਿ ਹਾਂ ਯਾਰ ਅਸੀਂ ਵੀ ਕਰਕੇ ਦੇਖੀਏ। ਸੋ ਮੈਂ ਇਸ ਚੀਜ਼ 'ਤੇ ਐਗਰੀ ਨਹੀਂ ਹਾਂ ਕਿ ਬਈ ਸਾਨੂੰ ਗਾਣਿਆਂ ਦੇ ਵਿੱਚ ਡੋਪ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ। ਹਾਂ, ਇਹ ਹੈ ਕਿ ਜੇ ਬੰਦੂਕਾਂ ਔਰ ਇਹ ਸਭ ਚੀਜ਼ਾਂ ਦਾ ਗਾਣੇ ਬਣੇ ਨੇ, ਐਟ ਦੀ ਐਂਡ ਇੱਕ ਪੁਆਇੰਟ 'ਤੇ ਅਸੀਂ ਹੈਗੇ ਹਾਂ ਐਂਟਰਟੇਨਰ, ਹੈ ਨਾ। ਸੋ ਅਸੀਂ ਮਾਹੌਲ ਨੂੰ ਔਰ ਜਿਹੜਾ ਜਿਹੜੀ ਚੀਜ਼ਾਂ ਚੱਲ ਰਹੀਆਂ ਹੈ ਸੋ ਉਹ ਵੇਖ ਕੇ ਵੀ ਗਾਣੇ ਬਣਾਉਂਦੇ ਹਾਂ। ਸੋ ਮੈਨੂੰ ਇੱਦਾਂ ਲੱਗਦਾ ਕਿ ਸਮ ਆਫ ਪੁਆਇੰਟ ਵੀ ਆਰ ਐਂਟਰਟੇਨਰ, ਤੇ ਇਹ ਡੋਪ ਟੈਸਟ ਵਾਲੇ ਨਾਲ ਚੀਜ਼ ਨਾਲ ਮੈਂ ਐਗਰੀ ਨਹੀਂ ਹਾਂ। ਬਟ ਐਸਾ ਕੁਛ ਨਹੀਂ, ਅਗਰ ਇਫ ਦੇ ਵਾਂਟ ਕਿ ਹਾਂ ਯਾਰ ਇਹ ਰਾਈਟ ਵੇ ਹੈ, ਇਹਦੇ ਨਾਲ ਵਾਕਈ ਸਾਡੇ ਸੋਸਾਇਟੀ ਨੂੰ ਫਰਕ ਪਏਗਾ, ਤੇ ਡੈਫੀਨੇਟਲੀ ਜਿੰਨੇ ਵੀ ਸਿੰਗਰਸ ਹੈ ਜਾਂ ਰੈਪਰਸ ਹੈ ਸਭ ਦਾ ਤੁਸੀਂ ਡੋਪ ਟੈਸਟ ਕਰੋ, ਉਹਦੇ ਨਾਲ ਫਿਰ ਇੱਕ ਵਧੀਆ ਜੇ ਸਾਡੀ ਸੋਸਾਇਟੀ ਚੇਂਜ ਹੁੰਦੀ ਹੈ ਤੇ ਡੈਫੀਨੇਟਲੀ ਕਰੋ। ਹਾਂਜੀ ਕੁਵਰ, ਇੱਕ ਸਵਾਲ ਇੱਥੇ ਹੋਰ ਖੜਾ ਹੁੰਦਾ ਹੈ ਕਿ ਅੱਜ ਕੱਲ੍ਹ ਸਿੰਗਰਾਂ ਨੇ ਇਹ ਵੀ ਤਰਕ ਦੇਣੇ ਸ਼ੁਰੂ ਕਰ ਦਿੰਦੇ ਹਨ, ਇਹ ਮੰਗ ਹੈਗੀ ਹੈ ਅੱਜ ਦੇ ਜਿਹੜੀ ਜਨਰੇਸ਼ਨ ਹੈ ਉਹਦੀ ਡਿਮਾਂਡ ਹੈ, ਅਤੇ ਉਸ ਡਿਮਾਂਡ ਦੇ ਹਿਸਾਬ ਨਾਲ ਅਸੀਂ ਗਾਣੇ ਬਣਾਉਂਦੇ ਹਾਂ। ਲੇਕਿਨ ਫਿਰ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਡਿਮਾਂਡ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਮੈਸੇਜ ਵੀ ਇਹ ਦੇ ਰਹੇ ਹਾਂ ਕਿ ਭੰਗ ਪੀਓ, ਸ਼ਰਾਬ ਪੀਓ, ਖੁੱਲ੍ਹੇ ਆਮ ਜੋ ਕਰਨਾ ਕਰੋ? ਮੈਂ 100% ਐਗਰੀ ਹਾਂ ਤੁਹਾਡੀ ਗੱਲ ਤੇ ਕਿ ਜਿਹੜੀ ਬੰਦੂਕਾਂ ਨੇ ਤੇ ਡੋਪ ਚੀਜ਼ਾਂ ਨੇ ਇਹ ਡਿਮਾਂਡ ਤਾਂ ਹੈ ਨਹੀਂ। ਪਹਿਲੀ ਗੱਲ ਤਾਂ ਇਹ ਸਾਡੀ ਕਿਸੇ ਵੀ ਸੋਸਾਇਟੀ ਦੀ ਡਿਮਾਂਡ ਨਹੀਂ ਹੈ। ਐਂਡ ਐਵਰੀਬਡੀ ਨੋਸ ਕਿ ਅਸੀਂ ਬਾਹਰ ਦੇ ਕਲਚਰ ਨੂੰ ਕਾਪੀ ਕਰ ਰਹੇ ਹਾਂ, ਜਿਹੜਾ ਹਿਪ ਹੌਪ ਕਲਚਰ ਹੈ ਉਹਨੂੰ ਕਾਪੀ ਕਰਕੇ ਉਹ ਚੀਜ਼ਾਂ ਵੇਖ ਵੇਖ ਕੇ। ਬੇਸਿਕਲੀ ਤੁਹਾਨੂੰ ਆਪ ਨੂੰ ਪਤਾ ਹੈ ਕਿ ਜਿਹੜੇ ਬਦਮਾਸ਼ੀ ਵਾਲੇ ਗਾਣੇ ਗਾ ਰਹੇ ਅੱਜ ਕੱਲ੍ਹ ਜਿਹੜੇ ਸਿੰਗਰ ਹੈਗੇ ਆ, ਉਹ ਆਪ ਮੈਨੂੰ ਲੱਗਦਾ ਕਿ ਉਹ ਹੋਰ ਚੀਜ਼ਾਂ ਤੋਂ ਇੰਨੇ ਡਰਦੇ ਆ ਕਿ ਉਹਨਾਂ ਨੇ ਬੰਦੂਕਾਂ ਕੀ ਚਲਾਉਣੀਆਂ, ਹੈ ਨਾ। ਸੋ ਮੈਨੂੰ ਏਦਾਂ ਲੱਗਦਾ ਕਿ ਐਸ ਆਲ ਫੈਂਟਸੀ ਵਰਲਡ, ਹਾਂ ਇਹਦੇ ਨਾਲ ਇਹ ਹੈ ਕਿ ਫੈਂਟਸੀ ਵਰਲਡ ਨਾਲ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਤੇ ਫਰਕ ਪਊਗਾ। ਸੋ ਮੈਨੂੰ ਏਦਾਂ ਲੱਗਦਾ ਕਿ ਹਾਂ ਠੀਕ ਹੈ, ਅਗਰ ਜੇ ਏਦਾਂ ਦਾ ਉਪਰਾਲਾ ਕਰ ਰਹੇ ਹੈ ਜਿਹਦੇ ਵਿੱਚ ਕੀ ਇਹ ਚਾਹੁੰਦੇ ਕਿ ਬਈ ਗਨਸ ਐਂਡ ਡਰੱਗ ਦੀ ਜੇ ਗੱਲ ਨਾ ਹੋਵੇ ਤੇ ਬਹੁਤ ਅੱਛੀ ਗੱਲ ਹੈ। ਐਂਡ ਯੂਜਲੀ ਮੈਂ ਤਾਂ ਗਾਣੇ ਸਾਰੇ ਜਿੰਨੇ ਤੁਸੀਂ ਦੇਖੋਗੇ, ਐ ਨਹੀਂ ਹਰ ਕੋਈ ਆਪਣਾ ਪਕਸ਼ ਰੱਖ ਕੇ ਗੱਲ ਕਰਦਾ ਕਿ ਬਈ ਮੈਂ ਵਧੀਆ ਕੰਮ ਕਰਦਾ ਦਿਸ ਐਂਡ ਦੈਟ, ਪਰ ਅਗਰ ਮੇਰੀ ਪੂਰੀ ਹਿਸਟਰੀ ਖੋਲੋਗੇ ਤੇ ਮੈਂ ਕੋਸ਼ਿਸ਼ ਇਹੀ ਓ ਕਰਦਾ ਕਿ ਮੇਰੇ ਗਾਣੇ ਜਿੰਨੇ ਡਾਂਸਿੰਗ ਰਹਿਣ, ਜਿੰਨੇ ਐਂਟਰਟੇਨਿੰਗ ਰਹਿਣ, ਮੈਂ ਡਰੱਗਸ ਨੂੰ ਜਾਂ ਗੋਲੀਆਂ ਤੋਂ ਥੋੜਾ ਦੂਰ ਰਹਿ ਕੇ ਗਾਣੇ ਕਰਾਂ, ਕਿਉਂਕਿ ਮੈਨੂੰ ਇਹਦਾ ਲੱਗਦਾ ਕਿ ਗਾਣਾ ਉਦਾਂ ਦਾ ਹੋਣਾ ਚਾਹੀਦਾ ਕਿ ਤੁਹਾਡੀ ਫੈਮਿਲੀ 'ਚ ਵੀ ਸੁਣ ਸਕਣ, ਵੇਖ ਸਕਣ ਵੀਡੀਓ। ਸੋ ਆਲ ਓਵਰ ਤੁਹਾਨੂੰ ਲੱਗਦਾ ਨਹੀਂ ਜਿਹੜੇ ਇਹ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਬੱਚੇ ਅੱਜ ਕੱਲ੍ਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਉਹਨੂੰ ਇੰਪਲੀਮੈਂਟ ਕਰਦੇ ਆ? ਅਸੀਂ ਵੇਖਿਆ ਪੰਜਾਬ ਦੇ ਵਿੱਚ ਜਦ ਬੰਦੂਕਾਂ ਵਾਲੇ ਗਾਣੇ ਆਏ, ਹਥਿਆਰ ਵਾਲੇ ਗਾਣੇ ਆਏ, ਤੇ ਬੱਚਿਆਂ ਨੇ ਉੱਥੇ ਇੰਪਲੀਮੈਂਟ ਕੀਤਾ, ਫਾਇਰਿੰਗ ਵੀ ਹੋਈ, ਕਈਆਂ ਦੀ ਮੌਤ ਵੀ ਹੋ ਗਈ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਚਿੱਟਾ ਪ੍ਰਭਾਵਿਤ ਕਰ ਰਿਹਾ, ਖਤਮ ਕਰ ਰਿਹਾ ਪੰਜਾਬ ਦੇ ਜਵਾਨਾਂ ਨੂੰ, ਪੰਜਾਬ ਦੀ ਨਵੀਂ ਪਨੀਰੀ ਨੂੰ, ਹੁਣ ਅਸੀਂ ਉਹਨੂੰ ਹੋਰ ਵਰਡ ਯੂਜ਼ ਕਰਕੇ ਚਿੱਟੇ ਨੂੰ, ਭੰਗ ਨੂੰ ਲਿਆ ਕੇ ਅਸੀਂ ਉਹਨਾਂ ਨੂੰ ਹੋਰ ਹੱਲਾਸ਼ੇਰੀ ਦੇ ਰਹੇ ਹਾਂ। ਬਿਲਕੁਲ ਜੀ ਬਿਲਕੁਲ, ਜਦੋਂ ਤੁਸੀਂ ਗਾਣਿਆਂ ਦੇ ਵਿੱਚ ਅਗਰ ਕਿਸੇ ਡਰੱਗਸ ਦੇ ਜਾਂ ਚਿੱਟੇ ਜਾਂ ਬਾਰ ਬਾਰ ਤੁਸੀਂ ਬੰਦੂਕਾਂ ਦੀ ਗੱਲ ਕਰੋਗੇ, ਤੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਹੁਣ ਨਵੇਂ ਗਾਣੇ ਸੁਣ ਰਹੇ ਨੇ,
ਸੋ ਉਹ ਪ੍ਰੋਵੋਕ ਤੇ ਹੋਣਗੇ ਹੀ, ਉਹ ਉਹਨਾਂ ਦਾ ਫਾਇਰ ਜਿੱਦਾਂ ਕਹਿੰਦੇ ਕਿ ਨਵਾਂ ਖੂਨ ਹੈ ਤੇ ਉਹ ਉਬਾਲਾ ਤੇ ਖਾਊਗਾ ਹੀ, ਤੇ ਉਹਦੇ ਨਾਲ ਮੈਨੂੰ ਏਦਾਂ ਲੱਗਦਾ ਕਿ ਉਹਦੇ ਨਾਲ ਜਿਹੜੇ ਕੁਛ ਗੱਲਾਂ ਨੇ ਜਿਹੜੇ ਜਿੱਦਾਂ ਗਾਣਾ ਜਿਹੜਾ ਸੌਂਗ ਹੁੰਦਾ ਉਹ ਇਟਸ ਅ ਫੈਂਟਸੀ ਵਰਲਡ ਰਾਈਟ, ਅਸੀਂ ਇੱਕ ਮਤਲਬ ਇੱਕ ਫੈਂਟਸੀ ਇੱਕ ਐਂਟਰਟੇਨ ਦੇ ਕਰਕੇ ਗਾਣਾ ਬਣਾਈਦਾ, ਪਰ ਜਿਹੜੀ ਪਬਲਿਕ ਹੁੰਦੀ ਹੈ ਜਿਹੜੇ ਅੱਜ ਕੱਲ ਦੇ ਨਿਆਣੇ ਆ ਉਹ ਆਪਣੇ ਉੱਤੇ ਲੈ ਕੇ ਜਾਂਦੇ ਉਸ ਚੀਜ਼ ਨੂੰ, ਉਸ ਤਰੀਕੇ ਨਾਲ ਉਹ ਆਪਣਾ ਨੇਚਰ ਨੂੰ ਡੈਵਲਪ ਕਰਦੇ ਆ ਰਾਈਟ। ਸੋ ਮੈਨੂੰ ਏਦਾਂ ਲੱਗਦਾ ਜੇ ਜ਼ਿਆਦਾ ਗੁੱਸੇ ਵਾਲੇ ਜਾਂ ਡਰੱਗ ਵਾਲੇ ਗਾਣੇ ਆਣਗੇ ਤੇ ਬੱਚੇ ਡੈਫੀਨੇਟਲੀ ਉਸ ਚੀਜ਼ ਨੂੰ ਐਕਸੈਪਟ ਕਰਨਗੇ ਕਿ ਯਾਰ ਇਹ ਕੀ ਹੈਗਾ, ਅਸੀਂ ਵੀ ਟਰਾਈ ਕਰੀਏ ਇਹਦੇ ਨਾਲ ਹੁੰਦਾ ਕੀ ਹੈ, ਹਨਾ। ਸੋ ਜਦੋਂ ਏਦਾਂ ਜਦੋਂ ਟਰਾਈ ਕਰਨਗੇ ਫਿਰ ਡੈਫੀਨੇਟਲੀ ਜਿਹੜੀ ਸਾਡੀ ਜਨਰੇਸ਼ਨ, ਤੁਹਾਨੂੰ ਲੱਗਦਾ ਕਿ ਜਿਹੜੀ ਇਹ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਜਾ ਰਹੀ ਹੈ, ਸੱਭਿਆਚਾਰ ਕਮੇਟੀ ਇਹਦਾ ਨਾਂ ਦਿੱਤਾ ਜਾ ਰਿਹਾ ਹੈ, ਇਹ ਜ਼ਰੂਰਤ ਹੈਗੀ ਹੈ ਪੰਜਾਬ ਦੇ ਵਿੱਚ ਇਸ ਕਮੇਟੀ ਨੂੰ ਬਣਾਉਣ ਦੀ? ਮੈਂ ਡੇ ਬਾਈ ਡੇ ਜਿਹੜਾ ਮੈਂ ਹੁਣ ਅੱਜ ਕੱਲ ਮੈਂ ਨੋਟਿਸ ਕਰ ਰਿਹਾ ਔਰ ਜਿਹੜੇ ਮੈਂ ਸਰਕਲ ਦੇ ਵਿੱਚ ਰਹਿੰਦਾ, ਯੂਜੁਅਲੀ ਅਸੀਂ ਵਰਕ ਸਾਰਾ ਪੰਜਾਬ ਇੰਡਸਟਰੀ ਨਾਲ ਕਰੀਦਾ ਤੇ ਪੰਜਾਬ ਦੇ ਲੋਕਾਂ ਨਾਲ ਮਿਲਣਾ ਜੁਲਣਾ ਹੁੰਦਾ ਸਾਡਾ। ਮੈਂ ਕਾਫੀ ਲੋਕਾਂ ਤੋਂ ਦੇਖਿਆ ਜਿੱਦਾਂ ਕਈ ਲੋਕਾਂ ਨੇ ਜਿੱਦਾਂ ਚਿਕਨ ਤੱਕ ਖਾਣਾ ਛੱਡਤਾ, ਜੋ ਮੈਂ ਦੇਖ ਰਿਹਾ ਲੋਕਾਂ ਦੇ, ਕਈਆਂ ਨੇ ਡਰਿੰਕ ਕਰਨੀ ਛੱਡਤੀ ਹੈ, ਵਿਸਕੀ ਵਗੈਰਾ ਇਹ ਸਭ ਦਾਰੂ ਪੀਣਾ ਬੰਦ ਕਰਤਾ। ਸੋ ਮੈਨੂੰ ਲੱਗਦਾ ਡੇ ਬਾਈ ਡੇ ਸਾਡੀ ਜਿਹੜੀ ਪੰਜਾਬ ਇੰਡਸਟਰੀ ਹੈ ਔਰ ਜੋ ਪੰਜਾਬੀ ਕਲਚਰ ਜੋ ਸਾਡਾ ਪੰਜਾਬ ਹੈ ਉਹ ਇਹ ਚੀਜ਼ਾਂ ਜਿੱਦਾਂ ਜਿੰਨੀਆਂ ਨਿਊਜ਼ਾਂ ਚੱਲ ਰਹੀਆਂ ਇਸ ਨਸ਼ੇ ਤੋਂ ਔਰ ਬੰਦੂਕਾਂ ਦੇ ਅਗੇਂਸਟ, ਉਹਦੇ ਕਰਕੇ ਲੋਕੀ ਕਾਫੀ ਆਪਣੇ ਆਪ ਨੂੰ ਚੇਂਜ ਵੀ ਕਰ ਰਹੇ ਆ। ਮੈਂ ਨਹੀਂ ਕਹੂੰਗਾ ਕਿ ਸਾਰਾ ਪੰਜਾਬ ਐਦਾ, ਕੁਝ ਕੁ ਲੋਕਾਂ ਦੇ ਕਰਕੇ ਜਿੱਦਾਂ ਪੰਜਾਬ ਦਾ ਨਾਮ ਖਰਾਬ ਹੁੰਦਾ, ਪਰ ਤੁਸੀਂ ਲੋਕ ਜਿਹੜੇ ਹੋ ਤੁਸੀਂ ਆਈਡਲ ਹੋ, ਤੁਸੀਂ ਅੱਜ ਇੱਕ ਮੈਸੇਜ ਜਿਹੜਾ ਵੀ ਦਓਗੇ ਬੱਚੇ ਨੇ ਉਹੀ ਕਾਪੀ ਕਰਨਾ ਹੈ, ਤੇ ਇਹ ਤਜਵੀਜ਼ ਰੱਖਣ ਦੀ ਜ਼ਰੂਰਤ ਹੈ ਕਿ ਨਹੀਂ, ਕਮੇਟੀ ਬਣਾਉਣ ਦੀ ਜ਼ਰੂਰਤ ਹੈ ਕਿ? ਤੁਹਾਨੂੰ ਲੱਗਦਾ ਕਿ ਕਮੇਟੀ ਦੀ ਲੋੜ ਹੈ? ਦੇਖੋ ਜੀ, ਅਗਰ ਜਿੱਦਾਂ ਦਾ ਮਾਹੌਲ ਬਣਦਾ ਜਾ ਰਿਹਾ, ਜਿੱਦਾਂ ਦੇ ਗਾਣੇ ਆ ਰਹੇ, ਮੈਨੂੰ ਲੱਗਦਾ ਤੇ ਹੈ ਹੀ ਹੈ ਕਿ ਬਈ ਜਿੱਦਾਂ ਤੁਸੀਂ ਇੱਕ ਕਮੇਟੀ ਬਣਨੀ ਚਾਹੀਦੀ ਹੈ ਜਿਹਦੇ ਵਿੱਚ ਕੁਝ ਰਿਸਟ੍ਰਿਕਸ਼ਨਸ ਲੱਗ ਜਾਣ, ਤੇ ਡੈਫੀਨੇਟਲੀ ਸਾਡਾ ਮਾਹੌਲ ਵੀ ਚੇਂਜ ਹੋ ਜੂਗਾ। ਜਦੋਂ ਉਹੋ ਜਿਹੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਣਗੀਆਂ ਤੇ ਯੰਗ ਜਨਰੇਸ਼ਨ ਵੀ ਥੋੜਾ ਆਪਣੇ ਆਪ ਦੇ ਵਿੱਚ ਜਿਹਨੂੰ ਕਹਿੰਦੇ ਕਿ ਜਿਹੋ ਜਿਹਾ ਤੁਸੀਂ ਸੁਣੋਗੇ ਉਹੋ ਜਿਹਾ ਤੁਹਾਡਾ ਨੇਚਰ ਹੁੰਦਾ, ਜੋ ਅਸੀਂ ਮਾਂ ਪਿਓ ਤੋਂ ਸੁਣਦੇ ਆਏ ਹਾਂ, ਜੋ ਉਹਨਾਂ ਤੋਂ ਸਿੱਖਦੇ ਆਏ ਹਾਂ, ਉਹੀ ਅੱਜ ਅਸੀਂ ਉਹੀ ਸਾਡਾ ਨੇਚਰ ਹੈ, ਉਹੀ ਸਾਡੇ ਗੱਲ ਕਰਨ ਦਾ ਤਰੀਕਾ ਹੈ। ਜੇ ਅਸੀਂ ਤਹਿਜ਼ੀਬ ਸਿੱਖੀ ਤਹਿਜ਼ੀਬ ਸਿੱਖ ਨਾ ਬੋਲਦੇ ਹਾਂ, ਨਹੀਂ ਤਾਂ ਜਿੱਦਾਂ ਯੂਜਲੀ ਬੇਸਿਕਲੀ ਕਹਿਣ ਦਾ ਮਤਲਬ ਜੇ ਤੁਸੀਂ ਇੱਕ ਜਿਹਨੂੰ ਕਹਿੰਦੇ ਨਾ ਚਿੱਟਾ ਕੱਪੜਾ ਹੋ, ਹੈ ਨਾ, ਉੱਤੇ ਕੋਈ ਵੀ ਰੰਗ ਪਾ ਦਿਓ ਉਹ ਰੁੱਖ ਲੈ ਲੂਗਾ। ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਵੀ ਦੱਸ ਦਵਾਂ, ਇੱਥੇ ਕੂਵਰ ਔਰ ਅਸੀਂ ਇਕੱਠੇ ਕਲਾਸ ਕੀਤੀ ਹੋਈ ਆ, ਆਪਾਂ ਇਕੱਠੇ ਪੜ੍ਹੇ ਹਾਂ, ਅੱਜ ਕੂਵਰ ਇਹ ਬੁਲੰਦੀਆਂ ਛੁੱਤੀਆਂ, ਬਹੁਤ ਗਰਵ ਸਾਨੂੰ ਮਹਿਸੂਸ ਹੁੰਦਾ, ਬਹੁਤ ਪ੍ਰਾਊਡ ਸਾਨੂੰ ਮਹਿਸੂਸ ਹੁੰਦਾ। ਕੂਵਰ ਇੱਕ 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 ਸਮਾਂ ਸੀਗਾ ਅਸੀਂ ਕਲਾਸ ਦੇ ਵਿੱਚ ਬਹਿ ਕੇ ਉਹ ਸੱਭਿਆਚਾਰ ਉਹ ਵਿਰਾਸਤ ਉਹ ਵਿਰਸੇ ਨੂੰ ਅਸੀਂ ਸੰਭਾਲ ਕੇ ਰੱਖਦੇ ਸੀਗੇ, ਔਰ ਸਾਡੀ ਕੋਸ਼ਿਸ਼ ਰਹਿੰਦੀ ਸੀਗੀ ਕਿ ਇਹੀ ਜਿਹੜਾ ਸੁਨੇਹਾ ਅਸੀਂ ਆਲ ਓਵਰ ਵਰਲਡ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਫਿਰ ਨਵੀਂ ਪਨੀਰੀ ਹੈ ਉਹਨਾਂ ਨੂੰ ਪਹੁੰਚਾਈਏ। ਅਤੇ ਤੁਸੀਂ ਉਹਨਾਂ ਲਈ ਕੀ ਕਹਿਣਾ ਚਾਹੋਗੇ ਜਿਹੜੇ ਗਾਇਕ ਹੁਣ ਇੱਕ ਇਗਜ਼ਾਮਪਲ ਸੈੱਟ ਕਰ ਰਹੇ ਨੇ ਉਹਨਾਂ ਬੱਚਿਆਂ ਲਈ ਜਿਸ ਕਰਕੇ ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਖਰਾਬ ਹੋ ਰਹੀ ਹੈ ਔਰ ਵਿਗੜ ਵੀ ਰਹੇ ਨੇ ਬੱਚੇ ਸਾਡੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਸਾਰੇ ਗਾਇਕਾਂ ਨੂੰ? ਮੈਂ ਇਸ ਇੰਡਸਟਰੀ ਦੇ ਵਿੱਚ ਕਿਸੇ ਵੀ ਗਾਇਕ ਨੂੰ ਜਾਂ ਕਿਸੇ ਨੂੰ ਆਪਣੀ ਕੋਈ ਸਲਾਹ ਨਹੀਂ ਦੇਣਾ ਚਾਹੁੰਗਾ, ਬਸ ਮੈਂ ਇਹੀ ਚਾਹੁੰਦਾ ਕਿ ਤੁਸੀਂ ਆਪਣੇ ਆਪ ਦੀ ਫੈਮਿਲੀ ਆਪਣੇ ਬੱਚਿਆਂ ਨੂੰ ਦੇਖ ਕੇ ਸਿਰਫ ਉਹ ਚੀਜ਼ ਗਾਓ ਕਿ ਜਿਹਦੇ ਨਾਲ ਆਪਣੀ ਫੈਮਿਲੀ ਹੀ ਇਫੈਕਟ ਨਾ ਹੋਵੇ ਉਸ ਚੀਜ਼ ਨਾਲ, ਰਾਈਟ? ਜਦੋਂ ਤੁਸੀਂ ਆਪਣੀ ਫੈਮਿਲੀ ਹੀ ਇਫੈਕਟ ਕਰ ਲਈ ਤਾਂ ਫਿਰ ਤਾਂ ਡੈਫੀਨੇਟਲੀ ਅਗਲੀ ਜਿਹੜੀ ਪਬਲਿਕ ਹੈ ਉਹ ਤੁਹਾਨੂੰ ਵੇਖ ਕੇ ਚੱਲਦੀ ਹੈ ਨਾ, ਤੁਹਾਨੂੰ ਆਪਣਾ ਆਈਡਲ ਸਮਝਦੀ ਹੈ, ਤੁਹਾਡੇ ਵਾਂਗ ਕੱਪੜੇ ਪਾਉਂਦੀ ਹੈ, ਤੁਹਾਡੇ ਵਾਂਗ ਗੱਲਬਾਤ ਕਰਦੀ ਹੈ, ਹੈ ਨਾ, ਤੁਹਾਡੇ ਵਾਂਗ ਆਪਣਾ ਜਿਹੜਾ ਹਾਵ ਭਾਵ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਬਈ ਹੁਣ ਜਿੱਦਾਂ ਮੈਂ ਮੈਨੂੰ ਲੱਗਦਾ ਕਿ ਬਈ ਮੈਨੂੰ ਵੇਖ ਕੇ ਜਿਹੜੇ ਯੰਗਸਟਰ ਜਿਹੜੇ ਨਵੇਂ ਨਵੇਂ ਬੱਚੇ ਹੈ ਜਿਹੜੇ ਮੈਨੂੰ ਮੈਸੇਜ ਕਰਦੇ ਆ ਇੰਸਟਾ ਤੇ ਮੇਰੇ ਫੇਸਬੁੱਕ ਤੇ, ਉਹ ਮੈਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਕਿ ਬਈ ਆ ਏਦਾਂ ਕੁੰਵਰ ਚੱਲਦਾ ਹੈ, ਕੱਪੜੇ ਪਾਉਂਦਾ ਹੈ, ਏਦਾਂ ਉਹਦੇ ਗੱਲ ਕਰਨ ਦਾ ਸਟਾਈਲ ਹੈ। ਵੀ ਲਾਈਕ ਦੈਟ ਸਟਾਈਲ, ਵੀ ਐਪਰੀਸ਼ੀਏਟ ਯੂ ਕੈਰੀ ਯੋਰਸੈਲਫ ਵਿਦ ਟਰਬਨ, ਸਭ ਤੋਂ ਵੱਡੀ ਗੱਲ ਤੁਸੀਂ ਟਰਬਨ ਦੇ ਨਾਲ ਕੈਰੀ ਕਰਦੇ ਹੋ, ਔਰ ਜਿਹੜਾ ਰੈਪਰ ਹੈ ਉਹ ਟਰਬਨ ਨਹੀਂ ਪਾ ਸਕਦਾ, ਇਹ ਵੀ ਡੈਫੀਨੇਸ਼ਨ ਜਿਹੜੀ ਹੈ ਯੂਜ਼ ਹੁੰਦੀ ਸੀਗੀ ਪਹਿਲਾਂ, ਬਟ ਯੂ ਡੂਇੰਗ ਗੁੱਡ। ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ, ਇਹ ਬੇਸਿਕਲੀ ਇੱਕ ਡੈਫੀਨੇਸ਼ਨ ਬਣਾਤੀ ਗਈ ਸੀ, ਰੈਪ ਰਾਈਮਸ ਐਂਡ ਪੋਇਟਰੀ ਹੈ, ਕਿਸੇ ਦੀ ਆਪਣੀ ਜਿਹਨੂੰ ਕਹਿ ਸਕਦੇ ਨਾ ਜਾਗੀਰ ਨਹੀਂ ਹੈ ਕਿ ਬਈ ਆਪਾਂ ਸਾਂਭ ਕੇ ਰੱਖੀਏ ਜੀ, ਅਸੀਂ ਇਹਦਾ ਵਿਰਾਸਤ ਚਲਾਵਾਂਗੇ ਦਿਸ ਐਂਡ ਦੈਟ, ਰਾਈਟ? ਸੋ ਇਹ ਇਟਸ ਜਿਹਨੂੰ ਕਹਿ ਸਕਦੇ ਕਿ ਇਟਸ ਅ ਕਲਚਰ, ਹੈ ਨਾ, ਇਹਨੂੰ ਕੋਈ ਵੀ ਅਡੋਪਟ ਕਰ ਸਕਦਾ ਹੈ, ਭਾਵੇਂ ਉਹ ਸਿਰ ਤੇ ਦਸਤਾਰ। ਮੈਨੂੰ ਕਈਆਂ ਨੇ ਕਿਹਾ ਕਿ ਬਈ ਨਹੀਂ ਤੁਹਾਨੂੰ ਵਾਲ ਨਹੀਂ ਰੱਖਣੇ ਚਾਹੀਦੇ ਅਗਰ ਰੈਪਰ ਬਣਨਾ ਹੈ, ਸੋ ਮੈਂ ਕਿਹਾ ਸੀ ਕਿ ਮੈਂ ਰੈਪਰ ਸਕਿਪ ਕਰ ਸਕਦਾ ਹਾਂ,
ਆਪਣੀ ਇਹ ਸ਼ੌਂਕ ਨੂੰ ਸਕਿਪ ਕਰ ਸਕਦਾ ਪਰ ਮੈਂ ਪੱਗ ਨਹੀਂ ਹਟਾ ਸਕਦਾ। ਸੋ ਉਹੀ ਕਰਕੇ ਮੈਂ ਇਸੇ ਕਰਕੇ ਫਿਰ ਮੈਂ ਪੱਗ ਬਣ ਕੇ ਜਦੋਂ ਰੈਪ ਕੀਤਾ ਤੇ ਮੈਨੂੰ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ, ਮੈਨੂੰ ਅੱਜ ਲੱਗਦਾ ਹੀ ਨਹੀਂ। ਅਗਰ ਮੈਂ ਹਿੰਦੀ ਦੇ ਵਿੱਚ ਵੀ ਰੈਪ ਕਰਦਾ, ਯੂਜਲੀ ਲੋਕੀ ਕਹਿੰਦੇ ਆ ਪੰਜਾਬ ਪੱਗ ਵਾਲਾ ਹਿੰਦੀ ਬੋਲਦਾ ਚੰਗਾ ਨਹੀਂ ਲੱਗਦਾ ਐਂਡ ਦਿਸ ਐਂਡ ਦੈਟ, ਪਰ ਨਹੀਂ, ਮੈਂ ਹਿੰਦੀ ਦੇ ਵਿੱਚ ਵੀ ਰੈਪ ਕੀਤੇ ਆ, ਮੈਂ ਬਾਲੀਵੁੱਡ ਦੇ ਵਿੱਚ ਵੀ ਹਿੰਦੀ ਦੇ ਵਿੱਚ ਰੈਪ ਕੀਤੇ ਆ, ਔਰ ਐਵਰੀਬਡੀ ਐਪਰੀਸ਼ੀਏਟ ਕਿ ਯਾਰ ਇੱਕ ਸਿੱਖ ਭਰਾ ਉਹ ਹਿੰਦੀ ਵੀ ਬੋਲ ਰਿਹਾ, ਉਹ ਪੰਜਾਬੀ ਵੀ ਬੋਲ ਰਿਹਾ, ਜੇ ਇੰਗਲਿਸ਼ ਦੀ ਲੋੜ ਪੈ ਰਹੀ ਆ ਉਹ ਵੀ ਥੋੜੀ ਬਹੁਤੀ ਬੋਲ ਰਿਹਾ ਜਿੰਨੀ ਕੁ ਸਾਡਾ ਹੱਥ ਚੱਲਦਾ ਉਹਦੇ। ਸੋ ਓਵਰਆਲ ਅਸੀਂ ਆਲਰਾਊਂਡਰ ਬਣ ਕੇ ਆਪਣੀ ਹੀ ਇੰਡਸਟਰੀ ਨੂੰ, ਆਪਣੇ ਹੀ ਕਲਚਰ ਨੂੰ, ਆਪਣੇ ਜਿਹਨੂੰ ਕਹਿੰਦੇ ਕਿ ਗਲਤਾਂ, ਇੱਥੇ ਮਸਲਾ ਇਸ ਗੱਲ ਦਾ ਹੈ ਨਾ ਕੁਵਰ, ਮਸਲਾ ਤਾਂ ਇਸ ਗੱਲ ਦਾ ਤੁਸੀਂ ਇੰਗਲਿਸ਼ ਬੋਲੋ ਭਾਵੇਂ ਪੰਜਾਬੀ ਬੋਲੋ, ਲੇਕਿਨ ਬੋਲਣੀ ਮਾਂ ਬੋਲੀ ਚਾਹੀਦੀ ਹੈ ਪੰਜਾਬੀ, ਜਾਂ ਤੁਸੀਂ ਹਿੰਦੀ ਬੋਲੋ, ਲੇਕਿਨ ਤੁਸੀਂ ਬੋਲ ਕੀ ਰਹੇ ਹੋ ਔਰ ਸਮਝਾ ਕੀ ਰਹੇ ਹੋ ਉਹਨਾਂ ਬੋਲਾਂ ਦੇ ਜ਼ਰੀਏ, ਇਹ ਬੇਹੱਦ ਜ਼ਰੂਰੀ ਹੈ। ਬਿਲਕੁਲ ਤੁਸੀਂ ਬਿਲਕੁਲ ਸਹੀ ਬੋਲਿਆ ਕਿ ਤੁਹਾਡੇ ਜਿਹੜੇ ਸ਼ਬਦ ਨੇ ਉਹ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਤੁਹਾਡੀ ਆਪ ਦੀ ਜੇ ਫੈਮਿਲੀ ਨੂੰ ਇਫੈਕਟ ਕਰ ਰਹੇ ਤੇ ਅੱਗੇ ਪਬਲਿਕ ਨੂੰ ਕਿੰਨਾ ਕੁ ਕਰਨਗੇ। ਕਰੈਕਟ ਕਰੈਕਟ, ਬਹੁਤ ਬਹੁਤ ਧੰਨਵਾਦ ਕੁਵਰ ਫੋਰ ਗਿਵਿੰਗ ਅ ਪ੍ਰੀਸ਼ੀਅਸ ਟਾਈਮ। ਥੈਂਕ ਯੂ ਸੋ ਮਚ ਹਰਕੀਰਤ ਜੀ, ਥੈਂਕ ਯੂ ਸੋ ਮਚ। ਤੇ ਇਹ ਸੀਗੇ ਕੁਵਰ ਵਿਰਕ, ਇਹ ਵੀ ਨਵੇਂ ਆਰਟਿਸਟ ਦੇ ਨਵੇਂ ਆਰਟਿਸਟ ਨੇ, ਰੈਪ ਸਟਾਈਲ ਇਹਨਾਂ ਦਾ ਫਿਊਜ਼ਨ ਹੈ ਔਰ ਉਹ ਉਸ ਰੈਪ ਸਟਾਈਲ ਨੂੰ ਨਿਭਾਉਂਦੇ ਨੇ, ਔਰ ਕਹਿ ਰਹੇ ਨੇ ਕਿ ਠੀਕ ਹੈ ਕਮੇਟੀ ਬਣਨੀ ਚਾਹੀਦੀ ਹੈ ਔਰ ਇਸ ਕਮੇਟੀ ਦੇ ਵਿੱਚ ਕੀ ਸ਼ਬਦਾਵਲੀ ਜਿਹੜੀ ਹੈ ਉਹ ਯੂਜ਼ ਹੋਏ ਨਾ ਹੋਏ, ਇਹ ਉਸ ਕਮੇਟੀ ਨੂੰ ਤੈਅ ਕਰਨਾ ਚਾਹੀਦਾ। ਡੋਪ ਟੈਸਟ ਦੇ ਖਿਲਾਫ਼ ਨੇ ਕਿ ਡੋਪ ਟੈਸਟ ਨਹੀਂ ਹੋਣਾ ਚਾਹੀਦਾ, ਲੇਕਿਨ ਆਪਣੇ ਆਪਣੇ ਤਰਕ ਸਿੰਗਰਾਂ ਦੇ ਆਉਣੇ ਸ਼ੁਰੂ ਹੋ ਚੁੱਕੇ ਹਨ। ਫਿਲਹਾਲ ਮੈਂ ਵੇਖ ਪਾ ਰਿਹਾ ਕਿ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਔਰ ਜਿਹੜੇ ਵਿਊਅਰਸ ਮੈਨੂੰ ਇਸ ਤੋਂ ਪਹਿਲਾਂ ਵੀ ਕਾਲ ਕਰ ਰਹੇ ਸੀਗੇ ਉਹ ਮੈਨੂੰ ਕਾਲ ਕਰ ਸਕਦੇ ਹਨ, ਕਿਉਂਕਿ ਮੈਂ ਵੇਖਿਆ ਤੁਸੀਂ ਕਾਫੀ ਕਾਲਸ ਮੈਨੂੰ ਕੀਤੀਆਂ ਲੇਕਿਨ ਮੈਂ ਫੋਨ ਨਹੀਂ ਚੱਕ ਪਾਇਆ। ਮੈਂ ਨਿੱਕੇ ਜਿਹੇ ਵਕਫਲੇ ਰੁਕ ਰਿਹਾ, ਮੈਂ ਕਾਲਸ ਤੁਹਾਡੀ ਵੇਖ ਰਿਹਾ, ਕੱਟਿਓ ਨਾ ਆਪਣੇ ਫੋਨ ਨੂੰ, ਕਾਫੀ ਸਾਰੀ ਕਾਲਾਂ ਮੈਨੂੰ ਆ ਰਹੀਆਂ ਹਨ, ਲੇਕਿਨ ਬ੍ਰੇਕ ਤੋਂ ਬਾਅਦ ਮੈਂ ਤੁਹਾਡੀ ਕਾਲਸ ਜ਼ਰੂਰ ਲਵਾਂਗਾ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ।